ਸਾਰੀਆਂ ਪਿਆਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ ਸਰਬਕ੍ਰਿਸ਼ਨ YouTube ਚੈਨਲ ਤੇ ਮੈਂ ਤੁਹਾਡੇ ਨਾਲ ਸਾਂਝੀ ਕਰਾਂਗੀ ਨਵੇਂ-ਨਵੇਂ ਡਿਜ਼ਾਈਨ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਦਾ ਬਟਨ ਜਿਹੜਾ ਉਹ ਵੀ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਉਹ ਤੁਹਾਡੇ ਤੱਕ ਪਹੁੰਚ ਸਕੇ ਮੈਂ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਡਾਲ ਫੇਸ ਕਾਰਡੀਗਨ ਜੋ ਕਿ ਸਟੈਪ ਬਾਈ ਸਟੈਪ ਮੈਂ ਤੁਹਾਡੇ ਨਾਲ ਸਾਂਝੀ ਕਰ ਚੁੱਕੀ ਹਾਂ ਅੱਜ ਮੈਂ ਤੁਹਾਨੂੰ ਦੱਸਾਂਗੀ ਜਿਹੜੇ ਇਸ ਦੇ ਮੋਢੇ ਆਪਾਂ ਕਿਸ ਤਰ੍ਹਾਂ ਜੋੜਨੇ ਆ ਤੇ ਬਟਨ ਪੱਟੀ ਵਾਲੇ ਜਿਹੜੇ ਕੁੰਡੇ ਆ ਉਹ ਕਿਸ ਤਰ੍ਹਾਂ ਬਣਾਵਾਂਗੇ ਅੱਗੇ ਤੇ ਮੋਢਿਆਂ ਦੇ ਕੁੰਡੇ ਜਿਹੜੇ ਆਪਾਂ ਕਿਸ ਤਰ੍ਹਾਂ ਜਿਹੜੇ ਉਠਾਵਾਂਗੇ ਤੇ ਉਹਨਾਂ ਨੂੰ ਬਣਾਈ ਉਹਨਾਂ ਦੀ ਕਿਸ ਤਰ੍ਹਾਂ ਕਰਾਂਗੇ ਇਹ ਆਪਣੀ ਕਾਰਡੀਗਨ ਦੀ ਜਿਹੜੀ ਲੈਫਟ ਸਾਈਡ ਹੈ ਇਹ ਆਪਾਂ ਜਿਹੜੀ ਕਾਰਡੀਗਨ ਦੀ ਇਹ ਰਾਈਟ ਰਾਹੇ ਸਿੱਧੇ ਵਾਲਾ ਪਾਸਾ ਤੇ ਦਰਮਿ ਵਿਚ ਜਿਹੜਾ ਆਪਣਾ ਏਸੀ ਹਿੱਸੇ ਦਾ ਸਿੱਧੇ ਵਾਲਾ ਪਾਸਾ ਹੈ ਇਹ ਆਪਾਂ ਦੋਨੇ ਇਸ ਤਰ੍ਹਾਂ ਕਰ ਲੈਣੇ ਤੇ ਹੁਣ ਜਿਹੜੀ ਆਪਣੀ ਪਛਮ ਹੈ ਉਹ ਆਪਾਂ ਕੀ ਕਰਾਂਗੇ ਬਟਨ ਪੱਟੀ ਵਾਲੇ ਜਿਹੜੇ ਆਪਣੇ ਕੁੰਡੇ ਆ ਪਹਿਲਾਂ ਆਪਾਂ ਉਹਨਾਂ ਦੀ ਬਣਾਈ ਕਰ ਲਾਂਗੇ ਇਸ ਤਰ੍ਹਾਂ ਤਾਂ ਜੋ ਆਪਣੀ ਜਿਹੜੀ ਪਛਮ ਹੈ ਉਹ ਆਪਾਂ ਇੱਥੇ ਲਿਆ ਸਕੀ ਇਹ ਆਪਣੀ ਬਟਨ ਪੱਟੀ ਵਾਲੇ ਕੁੰਡੇ ਆ ਇਹਨਾਂ ਨੂੰ ਆਪਾਂ ਜਿਹੜਾ ਸੇਫਟੀ ਪੈਨ ਚ ਹੈ ਉਹ ਪਾ ਲੈਣਾ ਜਾਂ ਆਪਾਂ ਕਿਸੇ ਧਾਗੇ 'ਚ ਪਾ ਲੈਣਾ ਸਤ੍ਰੰਕਰ ਕੇ ਹੁਣ ਆਪਾਂ ਜਿਹੜੇ ਮੋਢੇ ਵਾਲੇ ਕੁੰਡੇ ਆ ਉਹਨਾਂ ਨੂੰ ਬੰਦ ਕਰਾਂਗੇ ਇੱਕ ਕੁੰਡਾ ਜਿਹੜਾ ਆਪਾਂ ਉਧਰੋਂ ਚੱਕਿਆ ਇਹ ਕ ਇਧਰੋਂ ਇਸ ਤਰ੍ਹਾਂ ਇਸ ਦੀ ਬਣਾਈ ਕਰ ਲਈ ਦੋ ਦਾ ਇੱਕ ਕਰਤਾ ਫਿਰ ਇੱਕ ਗੁੰਡਾ ਜਿਹੜਾ ਆਪਾਂ ਇਧਰੋਂ ਚੱਕਿਆ ਇੱਕ ਗੁੰਡਾ ਜਿਹੜਾ ਆਪਾਂ ਇਧਰ ਲਈ ਸਲਾਈ ਵਿੱਚ ਚੱਕਣਾ ਫਿਰ ਦੋ ਦਾ ਇੱਕ ਕਰ ਦੇਣਾ ਫਿਰ ਪਹਿਲਾ ਕੁੰਡਾ ਜਿਹੜਾ ਆਪਣਾ ਦੂਸਰੇ ਕੁੰਡੇ ਉੱਪਰ ਦੀ ਛੱਟ ਦੇਣਾ ਉਸ ਨੂੰ ਇਸ ਤਰ੍ਹਾਂ ਆਪਣਾ ਇੱਕ ਗੁੰਡਾ ਜਿਹੜਾ ਬੰਦ ਹੋ ਗਿਆ ਇਸੇ ਤਰ੍ਹਾਂ ਕਰਕੇ ਆਪਾਂ ਸਾਰੇ ਕੁੰਡੇ ਜਿਹੜੇ ਆਪਣੇ ਬੰਦ ਕਰ ਲੈਣੇ ਮੋਢੇ ਦੇ ਇਹਨਾਂ 'ਚ ਥੋੜੀ ਜਿਹੀ ਬਨਾਈ ਲੂਜ਼ ਕਰਾਂਗੇ ਇਸੇ ਤਰ੍ਹਾਂ ਕਰਕੇ ਆਪਾਂ ਸਾਰੇ ਕੁੰਡੇ ਜਿਹੜੇ ਹੋ ਬੰਦ ਕਰ ਲੈਣੇ ਆ। ਹੁਣ ਲਾਸਟ ਵਿੱਚ ਜਿਹੜਾ ਆਪਣੇ ਕੋਲੇ ਉਹ ਇੱਕ ਕੁੰਡਾ ਰਹਿ ਗਿਆ। ਹੁਣ ਆਪਾਂ ਤਾਗਾ ਜਿਹੜਾ ਆਪਣਾ ਉਹ ਕੱਟ ਲੈਣਾ। ਤੇ ਆਪਾਂ ਇਸ ਦੀ ਨੋਟ ਲਗਾ ਦੇਣੀ। ਇਸ ਤਰ੍ਹਾਂ ਕਰਕੇ ਜਿਹੜੇ ਆਪਣੇ ਮੋਢੇ ਦੇ ਕੁੰਡੇ ਆ ਉਹ ਹੁਣ ਸਾਰੇ ਬੰਦ ਹੋ ਗਏ ਹੁਣ ਆਪਾਂ ਜਿਹੜੇ ਸੱਜੇ ਪਾਸੇ ਦੇ ਮੋਢੇ ਦੇ ਕੁੰਡੇ ਜਿਹੜੇ ਉਹ ਬੰਦ ਕਰਾਂਗੇ ਇੱਕ ਕੁੰਡਾ ਆਪਾਂ ਇਧਰੋ ਚੱਕਾਂਗੇ। ਇੱਕ ਕੁੰਡਾ ਜਿਹੜਾ ਇਧਰੋ ਚੱਕਾਂਗੇ। ਤੇ ਆਪਾਂ ਜਿਹੜੀ ਪਛਮ ਲਗਾਵਾਂਗੇ। ਇਸੇ ਤਰ੍ਹਾਂ ਆਪਾਂ ਦੋ ਕੁੰਡਿਆਂ ਦੇ ਇੱਕ ਕਰ ਦੇਣਾ। ਫਿਰ ਅੱਗੇ ਦੋ ਕੁੰਡਿਆਂ ਦਾ ਇੱਕ ਕੁੰਡਾ। ਜਿਹੜੀ ਆਪਣੀ ਆਹ ਵਾਲੀ ਪਛਮਾਂ ਜਾਂ ਤਾਂ ਇਸ ਦੀ ਨੋਟ ਲਗਾ ਲੈਣੀ ਹੈ। ਤੇ ਜਾਂ ਪੈਰੀ ਵਿੱਚ ਬਣਾਈ ਕਰ ਲੈਣੀ ਹੈ। ਆ ਜੋ ਕੁੰਡਾ ਜਿਹੜੇ ਆਪਣੇ ਖੋਲਣ ਨਾ ਪਹਿਲਾ ਕੁੰਡਾ ਹੁਣ ਆਪਾਂ ਜਿਹੜਾ ਦੂਸਰੇ ਕੁੰਡੇ ਦੇ ਉੱਪਰ ਦੀ ਸਵਟ ਦੇਣਾ ਇਸ ਤਰ੍ਹਾਂ ਇੱਕ ਕੁੰਡਾ ਜਿਹੜਾ ਆਪਣਾ ਬੰਦ ਹੋ ਚੁੱਕਿਆ ਫਿਰ ਇੱਕ ਕੁੰਡਾ ਜਿਹੜਾ ਆਪਾਂ ਇਧਰੋਂ ਚੱਕਾਂਗੇ ਇੱਕ ਕੁੰਡਾ ਇਧਰੋਂ ਦੋ ਦੇਖ ਕਰਾਂਗੇ ਫਿਰ ਪਹਿਲਾ ਕੁੰਡਾ ਜਿਹੜਾ ਆਪਾਂ ਉਹ ਇਸ ਦੇ ਉੱਪਰ ਦੀ ਛੋਟ ਦੇਾਂਗੇ ਇਸ ਤਰ੍ਹਾਂ ਕਰਕੇ ਜਿਹੜੇ ਆਪਾਂ ਉਹ ਸਾਰੇ ਕੁੰਡੇ ਆਪਣੇ ਉਹ ਬੰਦ ਕਰ ਲੈਣੇ ਆ ਫਿਰ ਇੱਕ ਹੁੰਡਾ ਇਧਰੋਂ ਚੱਕਿਆ ਤੇ ਇੱਕ ਇਧਰੋਂ ਇਸ ਤਰ੍ਹਾਂ ਦੋ ਦਾ ਇੱਕ ਕਰ ਦੇਣਾ ਤੇ ਪਹਿਲਾ ਹੁੰਡਾ ਜਿਹੜਾ ਆਪਾਂ ਉਹ ਇਸ ਦੇ ਉੱਪਰ ਹੀ ਛੋੜ ਦੇਣਾ ਇਸ ਤਰ੍ਹਾਂ ਸਾਰੇ ਕੁੰਡੇ ਜਿਹੜੇ ਆਪਾਂ ਉਹ ਬੰਦ ਕਰ ਲੈਣੇ ਆ। ਬਟਨ ਪੱਟੀ ਦੇ ਕੁੰਡਿਆਂ ਤੱਕ ਇੱਥੇ ਤੱਕ। ਤੇ ਬਟਨ ਪੱਟੀ ਵਾਲੇ ਜਿਹੜੇ ਆਪਣੇ ਕੁੰਡੇ ਆ ਉਹ ਆਪਾਂ ਸੇਫਟੀ ਪੈਨ ਜਾਂ ਤਾਗੇ ਵਿੱਚ ਪਾ ਲੈਣੇ ਆ। ਇਹ ਆਪਾਂ ਇਹ ਜਿਹੜੀ ਬਣਾਈ ਹੈ। ਜਿਹੜੇ ਆਪਣੇ ਕੁੰਡੇ ਬੰਦ ਕਰਨੇ ਸੀ ਜੇਕਰ ਆਪਣੀ ਇੱਧਰ ਜ਼ਿਆਦਾ ਪਾਛਮ ਹੁੰਦੀ ਤਾਂ ਆਪਾਂ ਬਟਨ ਪੱਟੀ ਵਾਲੇ ਕੁੰਡੇ ਬਣ ਕੇ ਆਪਣੀ ਪਾਛਮ ਨੂੰ ਜਿਹੜਾ ਇੱਥੇ ਲੈ ਆਉਣਾ ਸੀਗਾ। ਇਹ ਕੁੰਡੇ ਸੇਫਟੀ ਪੈਨ ਵਿੱਚ ਪਾ ਦੇਣੇ ਸੀ ਤੇ ਫਿਰ ਆਪਾਂ ਇੱਥੇ ਜਿਹੜੇ ਬੰਦ ਕਰਨੇ ਸ਼ੁਰੂ ਕਰ ਲੈਣੇ ਸੀ ਇੱਥੇ ਪਛਮ ਥੋੜੀ ਹੋਣ ਕਰਕੇ ਇਸ ਲਈ ਮੈਂ ਇਧਰ ਜਿਹੜੀ ਉਹ ਪਛਮ ਲਗਾ ਲਈ ਮੋੜਿਆਂ ਦੇ ਕੁੰਡੇ ਜਿਹੜੇ ਆਪਾਂ ਉਹ ਬੰਦ ਕਰ ਲਏ ਹੁਣ ਆਪਾਂ ਬਟਨ ਪੱਟੀ ਦੀ ਜਿਹੜੀ ਉਹ ਬਣਾਈ ਕਰਾਂਗੇ ਇਹ ਬਣਾਈ ਆਪਾਂ ਉਦੋਂ ਤੱਕ ਕਰਾਂਗੇ ਜਦੋਂ ਤੱਕ ਆਪਣੀ ਜਿਹੜੀ ਬਟਨ ਪੱਟੀ ਆ ਉਹ ਇੰਨਾ ਕੁੰਡਿਆਂ ਤੱਕ ਨਾ ਜਾਵੇ ਹੁਣ ਆਪਾਂ ਬਟਨ ਪੱਟੀ ਦੀ ਜਿਹੜੀ ਉਹ ਬਣਾਈ ਕਰਾਂਗੇ ਇੱਕ ਕੁੰਡਾ ਜਿਹੜਾ ਆਪਾਂ ਆਪਣਾ ਮੋਢੇ ਵਾਲਾ ਇਹ ਆਪਾਂ ਇੱਥੇ ਦੋ ਦੇ ਕੇ ਕਰ ਦੇਾਂਗੇ 1 2 10 चार पांच, पत्त अट्ठ नौ दस इस तरह आप सारी बटन बट्टी भी बनाई जड़ी ਉਹ ਆਪਣੀ ਇਧਰਲੀ ਬਟਨ ਪੱਟੀ ਤੱਕ ਕਰ ਲਵਾਂਗੇ ਬਟਨ ਪੱਟੀ ਦੀ ਜਿਹੜੀ ਬਣਾਈ ਐ ਉਹ ਆਪਾਂ ਕਰ ਲਈ ਐ ਤੇ ਜਿਵੇਂ ਆਪਾਂ ਮੋਢੇ ਬੰਨ੍ਹ ਕੇ ਕੀਤੇ ਸੀ ਫਿਰ ਆਪਾਂ ਉਹ ਇਹ ਕੁੰਡੇ ਜਿਹੜੇ ਬੰਦ ਕਰ ਦਿੱਤੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ